सत श्रीकाल जी सारे ना वधिया फार्म यूट्यूब चैनल तुहाडा स्वागत है जी। किसान वीरो अज दे जिहड़े आपां वीडियो बना रहे हैं शहर मजीठा तहसील भी मजीठा तो जिला अमृतसर तो अज दी वीडियो दे विच तुहानूं तीन सूईआं गावां तो तीन तुहानूं गब्बणां गावां दिखावांगे तो वीडियो में पूरी जरूर वेखियो क्योंकि सारे भाव जिहड़े वड्डे छोटे भाव जिहड़े तुहानूं विखाउणे आ पहलां तुहानूं सूईआं विखावांगे गल्लबात हुण आपां करदे हां वीर जी उहनां नाल। हाँ जी वीर जी सत श्री अकाल जी। होर सुनाओ ठीक ठाक जी? चलो नाम दस दे करी अपना। गुरविंदर सिंह। अच्छा जी। पीओ मजीठा ठीक अमृतसर। ठीक है जी। 9501150174। ठीक है जी। ते शुरुआत फिर सुई दे कर लिए। बच्चा की जी? इहदे मगर बच्चा जी इहदे मगर ओ काला बच्चा जी। हां जी हां जी। ए रात दी सुई जी। अच्छा रात दी सुई है। हां जी हां जी। ठीक है। किनवा सुवा सुई जी? ए दूजे सुवा सुई जी वर्गी। दूसरा सुवा सुई जी। इहना भी जी राती गब्बन लई ही। अच्छा। ते इहना ते लड़ोगे इक थानी आया सवेरे। अच्छा। सुई उथे ही। अच्छा। मैं इदा लैंती ते फिर इक थानी जाया ते पहलां पास कीती ही। पास कीती ही वधिया सी। चारे थाना इहे ओके। चारे थाना आ वधिया हुंदे सी। अच्छा। हुण इह तीन थान चलदे जी। अच्छा तीन। ओ च धार मासा भी नहीं निकलदी। हुण धार नहीं जी निकलदी। उथे मासा भी नहीं निकलदी। ਬਰਾਬਰ ਹੈਗਾ ਤੇ ਬਰਾਬਰ ਹੀ ਆ ਸਾਰੇ ਪਾਸੇ। ਬਰਾਬਰ ਸਾਰੇ ਧਾਨ ਬਰਾਬਰ ਜੇ। ਅੱਛਾ। ਉਦਾਂ ਹੁਣ ਨਾਉਂਦਾ ਨਹੀਂ ਜੋ ਧਾਰ। ਵਾਨਾ ਬਰਾਬਰ ਆ ਪਰ ਧਾਰ ਨਹੀਂ ਹੁੰਦੀ ਹਨਾ। ਲਿਆ ਫਿਰ ਤੋਰ ਦੇ ਕਰੀ ਨੂੰ। ਹਾਂ ਦੇਖ ਸਕਦੇ ਜੀ ਇਧਰਲਾ ਥਾਨ ਆ ਜਿਹੜਾ ਅਗਲਾ ਥਾਨ। ਵਾਨਾ ਬਿਲਕੁਲ ਬਰਾਬਰ ਹੀ ਤਿਆਰ ਹੋਇਆ ਵਾ। ਵਿਦਿਆ ਨੇ ਕਹਿੰਦੇ ਕਿ ਜਦੋਂ ਗੱਬਨ ਪਾਸ ਕੀਤੀ ਸੀ ਉਦੋਂ ਜਿਹੜਾ ਵਾ ਦੁੱਧ ਨਿਕਲਿਆ ਤੇ ਹੁਣ ਜਿਹੜਾ ਦੁੱਧ ਨਹੀਂ ਨਿਕਲਦਾ ਇਹਦੇ ਚੋਂ। ਬਸ ਇੱਕ ਅੱਧੀ ਧਾਰ ਹੀ ਆਈ ਜਿਹੜੀ ਆਈ ਆ। ਪਿੱਛੇ ਵੀ ਹਵਾਨਾ ਆਪਾਂ ਦੇਖ ਸਕਦੇ ਹਾਂ ਬਰਾਬਰ ਜੀ। ਦੁੱਧ ਪਹਿਲੇ ਸੂਏ 12-13 ਲੀਟਰ ਦਿੰਦੀ ਰਹੀ ਜੀ। ਪਹਿਲੇ ਸੂਏ ਜਿਹੜਾ 12-13 ਲੀਟਰ ਦੁੱਧ ਇਹਨੇ ਚਵਾਇਆ। ਇੱਕ ਮਿੰਟ ਵੀਰ ਜੀ ਇੱਥੇ ਰੋਕ ਕੇ ਥਾਨ ਦਿਖਾ ਦਈਏ ਜੀ। ਹਾਂ ਦੇਖ ਸਕਦੇ ਥਾਨਾਂ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ। ਪਰਲਾ ਥਾਨ ਨਹੀਂ ਆਉਂਦਾ ਜਿਹੜਾ। ਹਾਂ ਜੀ ਉਹ ਪਰਲਾ ਥਾਨ ਨਹੀਂ ਹੁੰਦਾ। ਲੈ ਜਾ ਜੀ ਇਹ ਰਾਤ ਦੀ ਸੂਈ ਜੀ। ਹਾਂ ਦੇਖ ਸਕਦੇ ਜੀ ਉਸ ਤਰ੍ਹਾਂ ਜਿਹੜਾ ਕੱਦ ਕਾਠ ਵੀ ਜਿਹੜਾ ਠੀਕ ਹੈ। ਅਤੇ ਵੀਰ ਜੀ ਫਿਰ ਕਿੰਨੇ ਕੁ ਦੁੱਧ ਵਾਲੀ ਉਸ ਤਰ੍ਹਾਂ ਕਿੰਨਾ ਕੁ ਦੁੱਧ ਚਵਾਈ ਜੀ? ਉੱਦਾਂ ਤਾਂ ਪਹਿਲੇ ਸੂਏ ਕਿਤੇ 12 ਲੀਟਰ ਦਿੱਤਾ ਇਹਨੇ। ਅੱਛਾ। ਹੁਣ ਤਾਂ ਚਲੋ ਤੇ ਲੜੋਗੀ ਆ ਦਊਗੀ ਹੁਣ ਵੀ 12-13 ਲੀਟਰ ਦਊਗੀ ਜੀ। ਅੱਛਾ। ਹਾਂਜੀ ਤੇ ਲਈ ਤਾਂ ਬੜੀ ਮਹਿੰਗੀ ਸੀ ਹੁਣ ਚਲੋ ਦੇਣੀ ਪੈਣੀ ਭਾਅ ਨਾਲ ਜੀ। ਕਿੰਨੇ ਕੁ ਭਾਅ ਚ ਦੇ ਦੇਣੀ ਜੀ? ਹੁਣ ਦੇ ਦਾਂ ਮੁੱਲ 20000 ਕਰੀਦਾ ਜੀ। 20000 ਦੀ ਦੇ ਦੋ। ਹੋਰ ਕਰ ਦੋਗੇ ਮਾਨ? ਹੋਰ ਮਾਨ ਕਰ ਦਾਂਗੇ ਜੀ। ਕਿੰਨਾ ਕਰ ਦੋਗੇ? 2000 ਤਾਂ ਕਰ ਦਾਂਗੇ। 18000 ਦੀ ਦੇ ਦੋਗੇ। ਬਾਕੀ ਤਾਜ਼ੀ ਸੂਈ ਆ ਉਹ ਦੇ ਸਕਦੇ। ਬੱਚਾ ਵੀ ਜਿਹੜਾ ਬਿਲਕੁਲ ਤਾਜ਼ਾ ਵਾ ਇਹਦਾ। ਤੇ ਹੁਣ ਇੱਕ ਆ ਵੀ ਤਾਜ਼ੀ ਸੂਈ ਜਾਪਦੀ ਜੀ। ਚੌਕੀ ਵਛੀ ਜੀ ਇਹ। ਇਹ ਚੌਕੀ ਜੀ ਇਹ ਵੀ ਅੱਜ ਹੀ ਸੂਈ ਆ। ਜੇਰ ਜੋਰ ਪ੍ਰੋਪਰ ਪਾਤੀ ਜੀ ਇਹਨੇ? ਹਾਂਜੀ ਹਾਂਜੀ ਉਹ ਜੇਰ ਪਈ ਜੀ। ਅੱਛਾ ਆਹ ਜਿਹੜੀ ਜੇਰ ਪਈ ਜੀ ਠੀਕ ਆ। ਕਦੋਂ ਕਦੀ ਸੂਈ ਜੀ ਇਹ? ਵੀ ਜੀ ਹੋ ਗਏ 3-4 ਘੰਟੇ ਹੋ ਗਏ ਨੇ ਸੂਈ। ਅੱਛਾ ਬੱਚਾ ਕੀ ਇਹਦੇ ਮਗਰ? ਇਹਦੇ ਮਗਰ ਵਛੀ ਜੀ ਆ ਜੀ। ਅੱਛਾ ਆਹ ਜਿਹੜੀ ਛੋਟੀ ਜੀ ਵਛੀ ਆ ਜਿਹੜੀ ਇਹਦੇ ਮਗਰ। ਤੇ ਇਹ ਵਿੱਚ ਕਿੰਨਾ ਕੁ ਦੁੱਧ ਪਹਿਲੇ ਸੂਏ ਵਿੱਚ ਵਾਈ ਜਾਊਗੀ? ਇਹ ਵੀ ਜੀ ਕਰ ਜੂਗੀ 12-13 ਲੀਟਰ ਕਰ ਦੂਗੀ ਜੀ। ਅੱਛਾ 12-13 ਲੀਟਰ ਵੀ ਕਰੀ ਜਾਊਗੀ। ਹਾਂਜੀ ਹਾਂਜੀ। ਤੇ ਇਹਦਾ ਕੀ ਮੁੱਲ ਰੱਖਣਾ ਜੀ? ਜੀ ਮੁੱਲ ਇਹਦਾ ਤਾਂ 42 ਕਰੀਦਾ ਜੀ। ਹੋਰ ਕਰ ਦੋ ਕਿ ਮਾਨ ਮੁੱਲ? ਮਾਨ ਕਰ ਦਾਂਗੇ ਜੀ। ਲਿਆ ਫਿਰ ਤੋਰ ਦੇ ਕਰੀ ਨਾ। ਪਹਿਲਾਂ ਨੂੰ ਵਛੀ ਹੈ ਚੌਗੀ ਵਛੀ ਹੈ। ਠੀਕ ਹੈ ਜੀ। ਆਪ ਨੂੰ ਵੇਖੋ ਕਿਦਾਂ ਲੱਗਾ ਜੀ ਇਹਦਾ। ਕਿੰਨਾ ਮਾਨ ਕਰ ਦੋਗੇ ਇਹਦਾ 42 ਚ? 2000 ਰੁਪਏ ਕਰ ਦਾਂਗੇ। 40000 ਦੀ ਤੇ। ਹਾਂਜੀ 40000। ਬਾਕੀ ਆ ਦੇਖ ਸਕਦੇ ਗੁਲਾਬੀ ਰੰਗ ਦਾ ਥਾਨ ਹੈ ਕਾਫੀ ਖੂਬਸੂਰਤ ਹੈ। ਆ ਦੇਖ ਸਕਦੇ ਜੀ ਅੱਜ ਹੀ ਸੋਈ ਆ। ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਸ ਚੱਕ ਕੇ ਖੜੋ। ਅਜੇ ਮੂੰਹ ਚੌਗੀ ਜੀ ਵੀ ਜੀ ਲਿਆਓ ਦਾਂ ਚੈੱਕ ਕਰਾ ਦੇ ਉਹਦੇ ਫੜਾ ਲਓ ਕਿ ਮੂੰਹ। ਚਲੋ ਫਿਰ ਇੱਕ ਵਾਰੀ ਤੋਰ ਦਿਓ ਇੱਧਰ ਨੂੰ ਤੋਰ ਦਿਓ ਫਿਰ ਦਿਖਾ ਦਿੰਦੇ। ਹਾਂ ਦੇਖ ਲੈਂਦੇ ਜੀ ਲਿਆਓ ਜੀ। ਥਾਨ ਜਿਹੜਾ ਕਾਫੀ ਕਮਾਲ ਦਾ ਲੱਗਾ ਇਹਦੇ ਕੋਲ ਪਿੱਲੇ ਸੂਏ ਹੀ। ਲਿਆ ਵੀਰ ਜੀ ਦਿਖਾ ਦਈਏ ਇਹਦੇ ਦੰਦ ਆਪਾਂ ਮੂੰਹ ਫੜਾਉਣ ਤੋਂ ਜਿਹੜਾ ਕਰਦੀ ਆ ਥੋੜ੍ਹਾ ਜਿਹਾ ਉਤਰਾ ਵੀਰ ਜੀ ਤੁਸੀਂ ਚੈੱਕ ਕਰਕੇ ਲਿਆਉਂਦੇ? ਹਾਂਜੀ ਹਾਂਜੀ ਚੈੱਕ ਕਰਕੇ ਜੀ ਚੌਗੀ ਮੂੰਹ ਚੌਗੀ ਨਾ ਹੋਵੇ ਤਾਂ ਇੱਥੇ ਵੀ ਆ ਦੇ ਸਕਦੇ ਜੀ ਚਾਰ ਦੰਦ ਆ ਜਿਹੜੀ ਅਜੇ ਦੰਦ ਜਿਹੜੇ ਚਾਰ ਬਰਾਬਰ ਹੀ ਦਈ ਆ ਕਰਨ। ਠੀਕ ਆ ਜੀ
40,000 ਦੀ ਵੀਰ ਜੀ ਨੇ ਕਹਿੰਦੇ ਕੀ ਇਹ ਦਵਾਂਗੇ ਦੁੱਧ ਵੀ ਜੀ ਵਾਧੀ ਕਰੂਗੀ ਤੁਹਾਨੂੰ ਮੈਂ ਕੈਪੈਸਿਟੀ ਇੰਨੀ ਕਿ ਦੱਸੀ ਕਿ 12 ਲੀਟਰ ਕਰੂਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆ ਗਈ ਜਿਹੜੀ ਤੀਸਰੇ ਨੰਬਰ ਤੇ ਇਹ ਵੀ ਸੋਈ ਸਵਾਈ ਜੀ ਸੋਈ ਜੇਗੀ ਜੀ ਇਹ ਕਿੰਨੇ ਕ ਦੁੱਧ ਵਾਲੀ ਜੀ ਇਹ ਵੀ ਜੀ ਇਸ ਵਾਰ 10 ਕਿਲੋ ਦੁੱਧ 9 ਕਿਲੋ ਪੱਕਾ ਜੀ ਆ 9-10 ਕਿਲੋ ਹੈਗਾ ਵਾ ਹਾਂਜੀ ਹਾਂਜੀ ਕਿੰਨਾ ਕ ਚਵਾਈ ਜਾਊਗੀ ਦੁੱਧ ਵੀ ਜੀ ਕਰ ਜੂਗੀ ਹੋਰ 12 ਕਿਲੋ ਕਰ ਜੂਗੀ ਸੋਈ ਨੂੰ ਕਿੰਨਾ ਚਿਰ ਹੋਇਆ ਜੀ ਸੋਈ ਨੂੰ ਹੋ ਗਏ 20 ਦਿਨ ਹੋ ਗਏ ਜੀ 20 ਦਿਨ ਹੋ ਗਏ ਆ ਹਾਂਜੀ ਮਤਲਬ ਹੁਣ 9-10 ਹੈਗਾ ਬੱਚੀ ਹੈ ਮਗਰ ਇਹਦੇ ਅੱਛਾ ਇਹਦੇ ਮਗਰ ਬੱਚੀ ਆ ਕੋਈ ਸਾਂਭ ਵਾਲਾ ਲੈ ਜਾਊਗਾ ਤੇ 10-12 ਜਿਹੜਾ ਚਵਾਈ ਜਾ ਜੀ ਕਿਦਾਂ ਮਰਜੀ ਵੇ ਇਹ ਵੀ ਜਿਹੜੀ ਠੰਡੀ ਧੀਰੀ ਆ ਬਾਕੀ ਥਾਣਾ ਦਾ ਸਾਈਜ਼ ਗਿਆ ਮੈਨੂੰ ਕਿਵੇਂ ਦੇਖ ਸਕਦੇ ਚੰਗੀ ਲੱਗੀ ਆ ਤੇ ਆ ਜਿਹੜੀ ਬੱਚੀ ਜੀ ਬਾਕੀ ਦਿਨ ਥੋੜੇ ਵੱਧ ਵੀ ਹੋ ਸਕਦੇ ਕੋਈ ਆਪਣੀ ਸਮਝ ਨਾਲ ਵੇਚ ਚਾਖ ਕੇ ਲੈ ਜੇ ਲੈ ਜਿਓ ਜੀ ਬਾਕੀ ਰੰਗ ਰੂਪ ਦੀ ਇਹ ਵੀ ਕਾਫੀ ਸੋਹਣੀ ਆ ਮਛੀ ਜੇ ਦੀ ਤੇ ਇਹਦਾ ਕੀ ਮੁੱਲ ਜੇ ਵੀਰ ਜੀ ਫਿਰ ਜੀ ਮੁੱਲ ਤੇ ਇਹਦਾ ਕਰੀਦੇ 36,000 ਰੁਪਇਆ ਅੱਛਾ ਹਾਂਜੀ 1000 ਰੁਪਇਆ ਮਾਨ ਕਰ ਦਾਂਗੇ ਜੀ ਅਸੀਂ 1000 ਰੁਪਇਆ ਮਾਨ ਕਰ ਦੋ 35,000 ਦੀ ਦੇ ਦੋ ਜੀ ਦੇ ਦਾਂਗੇ ਬਾਕੀ ਕਰ ਦਾਂਗੇ 5-4 ਹੋਰ ਕਰ ਦਾਂਗੇ ਮੌਕੇ ਫੋਨ ਲਾਵੇ ਕੋਈ ਇੱਕ ਵਾਰੀ ਹਨਾ ਫੋਨ ਤੇ ਹੁਣ ਜਿਹੜੀਆਂ ਗੱਬਣਾ ਤੁਹਾਨੂੰ ਦਿਖਾਉਣੀਆਂ ਵਾ ਇਹ ਕਿੰਨੇ ਚਿਰ ਦਾ ਕਿੰਨਾ ਟਾਈਮ ਕੀ ਕਰੂਗੀ ਇਹ 5-6 ਦਿਨ ਲੈ ਕੇ ਜਾਂਦੀ ਹੈ 5-6 ਦਿਨ ਖੜਦੀ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਚਵਾ ਜੂਗੀ ਦੁੱਧ ਵਿੱਚ 18 ਤੋਂ 20 ਲੀਟਰ ਹੀ ਭਰੂਗੀ ਜੀ 6-18 ਲੀਟਰ ਭਰੀ ਜਾਊਗੀ ਹਾਂਜੀ ਹਾਂਜੀ ਤੇ ਇਹਦਾ ਕੀ ਮੁੱਲ ਜੇ ਇਹਦਾ ਮੁੱਲ ਵੀ ਜੀ 45,000 ਕਰੀਦਾ 45,000 ਕਿੰਨਾ ਮਾਨ ਕਰ ਦੋ ਵਿੱਚ ਇਹਦਾ ਵੀ ਜੀ ਕਰਾਂਗੇ 3,000 ਮਾਨ ਕਰ ਦਾਂਗੇ 3,000 ਮਾਨ ਕਰ ਦੋ 42,000 ਦੀ ਦੇ ਦੋ ਦੇਾਂਗੇ ਤੋਰ ਦੋ ਵੀਰ ਜੀ ਨਾ ਇੱਕ ਵਾਰੀ ਆ ਦੇ ਸਾਡੇ ਥਣਾ ਦਾ ਸਾਈਜ਼ ਗਿਆ ਵੀਰ ਜੀ ਨੇ ਚੱਡਾ ਬਣਾਉਣਾ 5-6 ਦਿਨ ਹੋਰ ਬਾਕੀ ਅਜੇ 5-6 ਦਿਨ ਖੜਦੀ ਆ ਜਿਹੜੇ ਸੂਨ ਚ ਲੈ ਜਿਓ ਜੀ ਬਾਕੀ ਕੱਦ ਕਾਠ ਬੋਡੀ ਵੇਟ ਇਹਦਾ ਚੰਗਾ 42,000 ਦੀ ਵੀਰ ਜੀ ਹੋਣੀ ਕਹਿੰਦੇ ਕਿ ਦੇਵਾਂਗੇ 20 ਤੱਕ ਵੀਰ ਜੀ ਹੋਣੀ ਕਹਿੰਦੇ ਕਿ ਦੁੱਧ ਜਿਹੜਾ ਭਰੀ ਜਾਊਗੀ ਤੇ ਹੁਣ ਆ ਗਈ ਜਿਹੜੀ 5ਵੇਂ ਨੰਬਰ ਤੇ ਆ ਗਈ ਜਿਹੜੀ ਇਹ ਵੀ ਗੱਭਣੀ ਆ ਇਹ ਵੀਰ ਜੀ ਕਿੰਨਵਾਂ ਸੂਆ ਸੋਨਾ ਜੀ ਇਹਨੇ ਜੀ ਦੂਜੇ ਸੂਏ ਸੋਨੀ ਜੀ ਦੂਸਰਾ ਸੂਆ ਸੋਨਾ ਤੇ ਇਹ ਕਿੰਨਾ ਦੁੱਧ ਚਵਾਜੂਗੀ ਇਹ ਵੀਰ ਜੀ ਕਰੂਗੀ 14-15 ਲੀਟਰ ਕਰ ਦੋਗੇ ਜੀ 14-15 ਲੀਟਰ ਇਹ ਵੀ ਕਰੀ ਜਾਓਗੇ ਹਾਂਜੀ ਹਾਂਜੀ ਤੇ ਇਹਦਾ ਕੀ ਮੁੱਲ ਰੱਖਣਾ ਜੀ ਇਹਦਾ ਮੁੱਲ ਵੀ ਜੀ 40,000 ਦੇ 40,000 ਆ ਹਾਂਜੀ ਹਾਂਜੀ ਤੇ ਕਿੰਨਾ ਮਾਨ ਵਿੱਚੋਂ ਕਰਨਾ ਜੀ ਇਹਦਾ ਵਿੱਚ 1000 ਕਰ ਦਾਂਗੇ ਜੀ 1000 ਕਰ ਦੋਗੇ ਹਾਂਜੀ ਹਾਂਜੀ ਤੇ ਹੋਰ ਕਰ ਦਾਂਗੇ ਜੀ ਮੌਕੇ ਦੇ ਕੋਈ ਠੀਕ ਹੈ ਜੀ ਤੇ ਦੁੱਧ ਕਿੰਨਾ ਟਾਈਮ ਕਿੰਨਾ ਲੈ ਜਾਓਗੇ ਟਾਈਮ ਵਿੱਚ ਇਹ 7-10 ਦਿਨ ਲੱਗ ਜੂਗਾ 10 ਦਿਨ ਲੈ ਜਾਓਗੇ ਜਾਂ ਫਿਰ ਤੋਰੋ ਵੱਧ ਵੀ ਵਿੱਚ ਘੱਟ ਸਕਦੀ ਘੱਟ ਵੀ ਘੱਟ ਸਕਦੀ ਜੀ ਠੀਕ ਹੈ ਜੀ ਬਾਕੀ ਮੌਕੇ ਦੇ ਜੀ ਲੈ ਫਿਰ ਤੋਰੋ ਇਹਨਾਂ ਬਾਕੀ ਕੱਦ ਕਾਠ ਜਿਹੜਾ ਇਹਦਾ ਵੀ ਠੀਕ ਆ ਹੈਗੀ ਜਿਹੜੀ ਕ੍ਰੋਸ ਚਾ ਫੈਟ ਵੀ ਚੰਗੀ ਆਈ ਜਾਊਗੀ ਇਹਦੀ ਠੀਕ ਹੈ ਜੀ ਲੈ ਜਾ ਜੀ ਇਹਦਾ 40,000 ਚ ਵੀਰ ਜੀ ਨੇ ਕਹਿੰਦੇ ਕਿ 1000 ਜਿਹੜਾ ਛੱਡ ਦਿਆਂਗੇ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਦੇਖ ਸਕਦੇ ਚੰਗਾ ਹੁਣ ਇੱਕ ਐਂਡ ਤੇ ਜਿਹੜੀ ਆ ਚਿੱਟੇ ਰੰਗ ਦੀ ਵੈਡ ਰਹਿ ਗਈ ਆ ਆ ਦੇਖ ਸਕਦੇ ਚਿਹਰਾ ਇਹਦਾ ਇਹਦਾ ਵੀਰ ਜੀ ਕਿੰਨਵਾਂ ਸੂਆ ਜੇ ਜੀ ਦੂਜੇ ਸੂਏ ਸੋਨੀ ਆ ਕੀ ਜੀ ਦੂਸਰਾ ਸੂਆ ਸੋਨੀ ਆ ਤੋਰ ਦੋ ਇੱਕ ਰੀ ਨੂੰ ਵੱਡੀ ਬੱਚੀ ਕਾਫੀ ਚੰਗੇ ਕੱਦ ਕਾਠ ਵਾਲੀ ਆ ਝੱਬੂ ਦੀ ਥੋੜੀ ਔਲ ਕਰਦੀ ਆ ਇਹਨੇ ਖੁੱਲੀ ਰਹੀ ਹੈ ਇਸ ਸਾਈਡ ਤੇ ਅੱਜ ਲੈ ਆਓ ਜੀ ਝੱਬੂ ਦਾ ਥੋੜ੍ਹਾ ਜਿਹਾ ਕਰਦੀ ਆ ਬਾਕੀ ਕੱਦ ਕਾਠ ਵੀ ਚੰਗਾ ਵੱਡਾ ਵਾ ਅਤੇ ਚੰਗੇ ਵਜਨ ਵਾਲੀ ਆ ਜਿਹੜੀ ਬਾਕੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਦੇਖ ਸਕਦੇ ਮਿਲਕ ਮੈਨੂੰ ਵੀ ਚੰਗੀ ਲੱਗੀ ਇਹ ਵੀਰ ਜੀ ਕਿੰਨੇ ਕੁ ਦੁੱਧ ਵਾਲੀ ਜੇ ਇਹ ਵੀ ਜੀ
अच्छा 20 लीटर भरी जाओगी। हां जी हां जी। ये दा मूल की फिर जी? मूल भाव जितना मर्जी करिए 48000 दी दे दांगे। 48000 दी दे दोगे? हां जी हां जी। मौके ते कर दोगे मन? और कर दांगे जी। ठीक है जी, ठीक है वीर। और कुछ कहना फिर? बाकी कोई अपनी तसल्ली करके वेच आके खड़े दो टाइम जवावे, तीन टाइम जवावे, गबना पास करके खड़े। ठीक है जी, ठीक है जी, बहुत बहुत धन्यवाद जी। बाकी जिस तरह की वीडियो नहीं कहते कि इतने भावे दो टाइम चलो, तीन टाइम चलो, जिहड़ियां गबना पास करके खड़ो जी। हाँ जी दोस्तों, वीडियो पूरा देखने लई बहुत बहुत धन्यवाद।